ਗੱਡੀ ਨੂੰ ਘੇਰ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ, ਰੋਜ਼ ਸਾਡੀਆਂ ਸਵਾਰੀਆਂ ਲਾ ਕੇ ਟਾਈਮ ਮਿਸ ਕਰਾਇਆ ਜਾਂਦਾ ਹੈਗਾ। ਪਹਿਲਾਂ ਸਾਤੋਂ 5000 ਰੁਪਇਆ ਮਹੀਨਾ ਰਿਸ਼ਵਤ ਮੰਗ ਰਿਹਾ ਸੀ, 5000 ਰੁਪਇਆ ਮਹੀਨਾ ਦਿਓ, ਚਲਾਈ ਚੱਲੋ ਅਸੀਂ ਤੁਹਾਡੀ ਗੱਡੀ ਨੂੰ। ਸਰੂਰ ਵੱਲੋਂ ਪਰੂਫ ਹੈ, ਪਰਮਿਟ ਸਾਰਾ ਦਿਖਾਇਆ ਹੋਇਆ ਉਹਨਾਂ ਨੂੰ, ਪੈਸੇ ਦੇ ਆਧਾਰ 'ਤੇ ਸਾਨੂੰ ਖੱਜਲਖੁਆਰ ਕੀਤਾ ਜਾ ਰਿਹਾ। ਇਹੋ ਜਿਹੇ ਕਰਪਟ ਅਫਸਰ ਨੇ ਜਿਹੜੇ, ਇਹਨਾਂ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾ। ਪ੍ਰਾਈਵੇਟ ਗੱਡੀ ਤੋਂ ਇੱਕ ਤੋਂ 200 ਰੁਪਇਆ ਡੇਲੀ ਇਕੱਠਾ ਕਰਕੇ ਜਾਂਦਾ। ਕਿੰਨੀ ਲਗਭਗ ਗੱਡੀਆਂ ਨੇ, ਕਿੰਨਾ ਕੁ ਇਹਨਾਂ ਨੂੰ ਜਿਹੜਾ ਘੱਟੋ ਘੱਟ 100-150 ਦੇ ਗਰੀਬ ਦਾ ਪ੍ਰਣਾਲੀ ਦੀ ਗੱਡੀ ਆਪਣੀ, ਜਿਹੜੇ ਸਾਡੇ ਦੇ ਵਿੱਚੋਂ ਰਿਕਵਰੀ ਕਰਕੇ ਇਹਨਾਂ ਦੇ ਬੰਦੇ ਦੇ ਰਹੇ ਨੇ ਜੀ, ਉਹਨਾਂ ਦੇ ਖਜ਼ਾਨੇ ਭਰ ਰਹੇ ਨੇ। ਇਹਨਾਂ ਕੋਲੇ ਕੋਈ ਅਧਿਕਾਰ ਨਹੀਂ PRTC ਕੋਲੇ ਵੀ ਕਿਸੇ ਦੀ ਬੱਸ ਨੂੰ ਘੇਰ ਕੇ ਜ਼ਬਤ ਕਰ ਲੈਣਾ। ਹੋਸ਼ਿਆਰ ਖਬਰਦਾਰ ਟਰਾਂਸਪੋਰਟਰ ਅਫਸਰੋ, ਹੁਣ ਤੁਹਾਡੀ ਖੈਰ ਨਹੀਂ, ਬੜਾ ਲੁੱਟਿਆ ਛੋਟੇ ਟਰਾਂਸਪੋਰਟਰਾਂ ਨੂੰ ਵੱਡਿਆਂ ਦੇ ਸੰਗ ਰੱਬ ਕੇ। ਸਾਡੇ ਚੈਨਲ ਦੇ ਰੂਬਰੂ ਹੋਏ ਟਰਾਂਸਪੋਰਟਰ ਸਰਦਾਰ ਕੁਲਵਿੰਦਰ ਸਿੰਘ ਖੋਲੇ ਵੱਡੇ ਭੇਤ ਕਰਪਟ ਅਫਸਰਾਂ ਤੇ ਸਰਕਾਰਾਂ ਦੇ। ਭਗਵੰਤ ਮਾਨ ਤੱਕ ਪਹੁੰਚ ਕੇ ਕਰਪਟ ਅਫਸਰਾਂ ਦੀ ਦੱਸੀ ਕਹਾਣੀ ਟਰਾਂਸਪੋਰਟਰ ਸਰਦਾਰ ਕੁਲਵਿੰਦਰ ਸਿੰਘ ਨੇ। ਤੁਸੀਂ ਦੇਖ ਰਹੇ ਹੋ ਦੀ ਨਿਊਜ਼ ਪੰਜਾਬ ਚੈਨਲ, ਮੈਂ ਤੁਹਾਡਾ ਆਪਣਾ ਅਮਨਦੀਪ ਰਥੋੜ। ਅੱਜ ਆਪਾਂ ਗੱਲ ਕਰਾਂਗੇ ਸੱਚ ਹੱਕ ਦੀ, ਗੱਲ ਕਰਦੇ ਹਾਂ ਟਰਾਂਸਪੋਰਟ, ਉਹ ਟਰਾਂਸਪੋਰਟ ਜਿਹੜੇ ਨਿੱਕੇ ਟਰਾਂਸਪੋਰਟਰਾਂ ਨੂੰ ਦਬਾਉਣ ਦੇ ਲਈ ਵੱਡੇ ਟਰਾਂਸਪੋਰਟਰਾਂ ਵੱਲੋਂ ਵੱਡੇ ਅਫਸਰਾਂ ਦੇ ਨਾਲ ਵੱਡੇ ਘਪਲੇ ਉਹਨਾਂ ਨੂੰ ਦਬਾਉਣ ਦੇ ਲਈ ਵੱਡੇ ਵੱਡੀਆਂ ਸ਼ਤਰੰਜਾਂ ਦੇ ਜਿਹੜੇ ਜਾਲ ਵਿਛਾ ਰੱਖੇ ਨੇ ਉਹਨਾਂ ਨਾਲ ਪਰਦਾਫਾਸ਼ ਕਰਨ ਦੇ ਲਈ ਸਾਡੇ ਨਾਲ ਨੇ ਇੱਕ ਟਰਾਂਸਪੋਰਟਰ ਸਰਦਾਰ ਕੁਲਵਿੰਦਰ ਸਿੰਘ। ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਚੈਨਲ 'ਤੇ ਆਉਣ ਦਾ। ਜੇ ਆਪਾਂ ਗੱਲ ਕਰੀਏ, ਤੁਸੀਂ ਇੱਕ ਟਰਾਂਸਪੋਰਟ ਹੋ, ਅੱਜ ਦੁਖੀ ਹੋ, ਪਰੇਸ਼ਾਨ ਹੋ, ਕੀ ਕਹਿਣਾ ਚਾਹੋਗੇ? ਅੱਜ ਸਾਡੇ ਕੋਲ ਇੱਕ ਮਿੰਨੀ ਬਾਹ ਦਾ ਪਰਮਿਟ ਹੈ ਜੀ, ਅਸਪਾਲ ਕਲਾਂ ਤੋਂ ਬਰਨਾਲਾ ਜੀ, ਵਾਇਆ ਬਦਰਾ ਧੂਰਕੋਟ ਜੀ, ਧੌਲਾ ਰੋੜੇ ਕੇ। ਉਹ GM PRTC ਸਾਡੀ ਮਿੰਨੀ ਬੱਸ ਨੂੰ ਚੱਲਣ ਨਹੀਂ ਦੇ ਰਿਹਾ। 6 ਮਹੀਨੇ ਹੋ ਗਏ ਸਾਨੂੰ ਹਰਾਸਮੈਂਟ ਆਉਂਦਿਆਂ ਨੂੰ ਘੱਟੋ ਘੱਟ, ਅਤੇ ਗੱਡੀ ਨੂੰ ਘੇਰ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ, ਰੋਜ਼ ਸਾਡੀਆਂ ਸਵਾਰੀਆਂ ਲਾ ਕੇ ਟਾਈਮ ਮਿਸ ਕਰਾਇਆ ਜਾਂਦਾ ਹੈਗਾ ਜੀ। ਪਹਿਲਾਂ ਸਾਤੋਂ 5000 ਰੁਪਇਆ ਮਹੀਨਾ ਰਿਸ਼ਵਤ ਮੰਗ ਰਿਹਾ ਸੀ ਜੀ, 5000 ਰੁਪਇਆ ਮਹੀਨਾ ਦਿਓ, ਚਲਾਈ ਚੱਲੋ ਅਸੀਂ ਤੁਹਾਡੀ ਗੱਡੀ ਨੂੰ ਨਹੀਂ ਰੋਕਦੇ ਬਿਲਕੁਲ ਜੀ। ਉਹ ਅਸੀਂ ਦੇਣ ਤੋਂ ਮਨਾ ਕਰ ਦਿੱਤਾ, ਉਹਦੇ ਤੋਂ ਸਾਨੂੰ ਇਹ 3-4 ਮਹੀਨਿਆਂ ਤੋਂ ਖੱਜਲ ਖੁਆਰ ਕਰ ਰਹੇ ਨੇ। ਰੋਜ਼ਾਨਾ ਸਾਡੀ ਗੱਡੀ ਨੂੰ ਘੇਰ ਕੇ ਟਾਈਮ ਮਿਸ ਕਰਾਇਆ ਜਾਂਦਾ, ਗੁੰਡਾਗਰਦੀ ਕਰੀ ਜਾਂਦੀ ਹੈ, ਸਵਾਰੀਆਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈਗਾ। 2 ਤਰੀਕ ਤੋਂ ਸਾਡੀ ਗੱਡੀ ਇਹਨਾਂ ਨੇ ਬੰਦ ਕਰਤੀ, ਬੰਦ ਖੜੀ ਹੈ, ਬੱਸ ਅੱਡੇ ਦੇ ਵਿੱਚ ਖੜੀ ਹੈ ਜੀ, ਕੋਈ ਸੁਣਵਾਈ ਨਹੀਂ। ਇਹਨਾਂ ਕੋਲੇ ਕੋਈ ਅਧਿਕਾਰ ਨਹੀਂ PRTC ਕੋਲੇ ਵੀ ਕਿਸੇ ਦੀ ਬੱਸ ਨੂੰ ਘੇਰ ਕੇ ਜ਼ਬਤ ਕਰ ਲੈਣਾ ਜਾਂ ਉਹਨੂੰ ਬੰਦ ਕਰਾਇਆ ਜਾਵੇ। ਜੇ ਆਪਾਂ ਬੰਦ ਦੀ ਗੱਲ ਕਰੀਏ, ਬੰਦ ਉਹਨਾਂ ਨੇ ਕਿੰਨਾ ਪ੍ਰੂਫਾਂ ਦੇ ਆਧਾਰ 'ਤੇ ਇਹਨਾਂ ਨੇ ਤੁਹਾਡੀ ਬੱਸ? ਉਹ ਕਹਿੰਦਾ ਸਾਡੇ ਕੋਲੇ ਕੋਈ ਪਰਮਿਟ ਨਹੀਂ ਹੈਗਾ ਜੀ। ਆਹ ਸਾਡੇ ਕੋਲ RTA ਸੰਗਰੂਰ ਵੱਲੋਂ ਪਰੂਫ ਹੈ, ਪਰਮਿਟ ਸਾਰਾ ਦਿਖਾਇਆ ਹੋਇਆ ਉਹਨਾਂ ਨੂੰ, ਪੈਸੇ ਦੇ ਆਧਾਰ 'ਤੇ ਸਾਨੂੰ ਖੱਜਲਖੁਆਰ ਕੀਤਾ ਜਾ ਰਿਹਾ। ਜੇ ਪਰੂਫ ਦੀ ਗੱਲ ਕਰੀਏ, ਇਹ ਪਰੂਫ ਜਿਹੜੀ ਸੀਮਾ ਹੁੰਦੀ ਹੈ, ਸੀਮਾ ਦੇ ਆਧਾਰ 'ਤੇ ਤੁਹਾਨੂੰ ਪਰਮਿਟ ਦਿੱਤਾ ਜਾਂਦਾ। ਅਤੇ ਇਹਦਾ ਜਿਹੜਾ ਸਮਾਂ ਹੈ, ਕਿੰਨੇ ਤੋਂ ਕਿੰਨੇ ਸਮੇਂ ਤੱਕ? 2021 'ਚ ਇਸ਼ੂ ਹੋਇਆ ਸੀਗਾ ਜੀ, 26 ਤੱਕ ਇਹ ਵੈਲਿਡ ਹੈ ਜੀ। ਹਾਂਜੀ, 2021 ਹੁਣ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਤੁਸੀਂ ਪੈਸਿਆਂ ਦੀ ਡਿਮਾਂਡ ਕਰ ਰਹੇ ਹੋ ਕਿ ਅਫਸਰਾਂ ਵੱਲੋਂ ਮੰਗੇ ਜਾ ਰਹੇ ਨੇ, ਰਿਸ਼ਵਤਖੋਰੀ ਦਾ ਭਗਵੰਤ ਮਾਨ ਵੱਲੋਂ ਹਰ ਸਪੀਚ ਦੇ ਵਿੱਚ ਕਿਹਾ ਜਾ ਰਿਹਾ ਕਿ ਸਾਡਾ ਅਫਸਰ ਕੋਈ ਰਿਸ਼ਵਤ ਮੰਗੇ ਤਾਂ ਸਾਨੂੰ ਇਸ ਟੋਲ ਨੰਬਰ 'ਤੇ ਗੱਲ ਕਰੋ, ਸਾਨੂੰ ਸਿੱਧਾ ਮਿਲੋ, ਹੋਰ ਮਿਲੋ, ਤੁਸੀਂ ਕੋਈ ਰਾਬਤਾ ਕਾਇਮ ਕੀਤਾ? ਸਰਕਾਰ ਦਾ ਗੱਲਾਂ ਢੰਡੋਰਾ ਪਿੱਟ ਰਹੀ ਹੈ ਜੀ। ਭਗਵੰਤ ਮਾਨ ਨੂੰ ਵੀ ਮੈਂ ਇੱਕ ਲਿਖਤੀ ਚਿੱਠੀ ਕੱਢੀ ਹੋਈ ਹੈ ਜੀ, ਇੱਕ ਵਿਜੀਲੈਂਸ ਨੂੰ ਦਿੱਤੀ ਹੈ GM ਦੇ ਖਿਲਾਫ਼, ਇੱਕ ਲੋਕਪਾਲ ਨੂੰ ਵੀ ਦਿੱਤੀ ਹੋਈ ਹੈ ਮੇਰੀ, ਵੀ ਇਹੋ ਜਿਹੇ ਕਰਪਟ ਅਫਸਰ ਨੇ ਜਿਹੜੇ ਇਹਨਾਂ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਪਰ ਹਜੇ ਤੱਕ ਕੀ ਜਵਾਬ ਆਇਆ? ਹਜੇ ਤੱਕ ਕੋਈ ਜਵਾਬ ਨਹੀਂ ਆਇਆ ਜੀ। ਹਜੇ ਤੱਕ ਉਹ ਆਪਦੀ ਗੁੰਡਾਗਰਦੀ ਉਹਨਾਂ ਦੀ ਕਾਇਮ ਉਵੇਂ ਦੀ ਉਵੇਂ ਰੋਜ਼ਾਨਾ ਖੱਜਲਖੁਆਰ ਕਰ ਰਹੇ। ਹੁਣ 2 ਤਰੀਕ ਤੋਂ ਸਾਡੀ ਗੱਡੀ ਅੱਡੇ ਦੇ ਵਿੱਚ ਹੀ ਬੰਦ ਖੜੀ ਹੈ ਜੀ। ਬੰਦ ਖੜੀ ਹੈ ਜੀ। ਅਤੇ ਹੁਣ ਕੀ ਕਹਿਣਾ ਚਾਹੋਗੇ GM ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ, ਕੋਈ ਤੁਹਾਡੇ ਜਿਹੜੀਆਂ ਐਪਲੀਕੇਸ਼ਨਾਂ ਪਾਈ ਗਈਆਂ, ਦਰਖਾਸਤਾਂ ਪਾਈ ਗਈਆਂ, ਕੋਈ ਅਫਸਰਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ? ਹਜੇ ਤੱਕ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਜੀ। ਤੁਹਾਡੇ ਵਰਗੇ ਕਿੰਨੇ ਕੁ ਟਰਾਂਸਪੋਰਟਰ ਨੇ ਜਿਹੜੇ ਇਸ ਚਪੇੜ ਦੇ ਵਿੱਚ ਆ ਚੁੱਕੇ? ਬਹੁਤ ਜ਼ਿਆਦਾ ਜਿਹੜੇ ਛੋਟੇ ਟਰਾਂਸਪੋਰਟਰ ਨੇ ਜੀ, ਬਹੁਤ ਜ਼ਿਆਦਾ ਨੇ ਉਹ, ਬਹੁਤ ਵਿਚਾਰੇ ਖੱਜਲ ਖੁਆਰ ਹੁੰਦੇ ਫਿਰਦੇ ਰਹੇ, ਕੋਈ 2 ਸਾਲ ਤੋਂ ਫਿਰ ਰਿਹਾ, ਕੋਈ 6 ਮਹੀਨਿਆਂ ਤੋਂ ਫਿਰ ਰਿਹਾ, ਕੋਈ ਸਾਲ ਤੋਂ ਫਿਰ ਰਿਹਾ, ਕਿਸੇ ਦਫ਼ਤਰ 'ਚ ਕੋਈ ਸੁਣਵਾਈ ਨਹੀਂ ਹੈਗੀ। ਪਹਿਲਾਂ ਸੁਣਵਾਈ ਹੁੰਦੀ ਸੀ?
ਪਹਿਲੀਆਂ ਸਰਕਾਰਾਂ ਵੇਲੇ ਕੁਛ ਇੱਦੂ ਚੰਗਾ ਸੀਗਾ ਜੀ। ਇਹਨਾਂ ਦੇ ਟਰਾਂਸਪੋਰਟ ਮੰਤਰੀ ਨੂੰ ਮੈਂ ਮੇਲ ਕਰ ਚੁੱਕਿਆ ਹੈਗਾ, ਜਿਹਦੇ 'ਤੇ ਕੋਈ ਰਿਸਪੋਂਸ ਨਹੀਂ ਆਇਆ। ਟਰਾਂਸਪੋਰਟ ਤਾਂ ਮੰਤਰੀ ਕਹਿੰਦੇ ਸਿੱਧਾ ਸਾਡੇ ਕੋਲ ਆਓ, ਜੇ ਕੋਈ ਸਾਡੇ ਤੋਂ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਜਾਂ ਕੋਈ ਤੁਹਾਡੇ ਟਾਈਮ ਟੇਬਲ ਦੀ ਪ੍ਰੋਬਲਮ ਹੈ, ਸਿੱਧਾ ਸਾਨੂੰ ਮਿਲਵਾ ਕੇ। ਬਹੁਤ ਕੋਸ਼ਿਸ਼ ਕਰੀ ਆ ਜੀ, ਨੰਬਰ ਨਾ ਤਾਂ ਫੋਨ ਚੱਕ ਰਹੇ ਨੇ ਉਹ, ਨਾ ਹੀ ਉਹਨਾਂ ਦਾ ਜਿਹੜਾ ਈਮੇਲ 'ਤੇ ਅਸੀਂ ਉਹ ਕਰਿਆ ਉਹਦੇ 'ਤੇ ਕੋਈ ਮੈਸੇਜ ਆਇਆ ਉਹਨਾਂ ਦਾ। ਤਾਂ ਉਹ ਕਹਿੰਦੇ ਸਾਡੇ ਸਾਈਡ ਆ, ਸਾਈਡ 'ਤੇ ਸਾਡੀ 'ਤੇ ਕੋਈ ਜੇ ਸ਼ਿਕਾਇਤ ਆ ਤੁਸੀਂ ਪਾਓ। ਕੋਈ ਟਰਾਂਸਪੋਰਟ ਮੰਤਰੀ ਦਾ ਇੱਧਰ ਧਿਆਨ ਹੀ ਨਹੀਂ ਬਿਲਕੁਲ ਟਰਾਂਸਪੋਰਟ ਦੇ। ਤੁਸੀਂ ਕੋਈ ਜਿਹੜੇ ਪੀੜਤ ਟਰਾਂਸਪੋਰਟੋਂ ਕਿਸੇ ਨੇ ਵੱਲੋਂ ਕੋਈ ਯੂਨੀਅਨ ਬਣਾ ਕੇ ਤੁਸੀਂ ਕੋਈ ਏਕਾ ਕੋਈ ਸਬੂਤ ਤੁਹਾਡਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੜਤਾਲ ਜਾਂ ਕੋਈ ਗੱਲਬਾਤ? ਅਸੀਂ ਕਰ ਰਹੇ ਹਾਂ ਹੁਣ ਜੀ, ਫਿਰ ਜਦੋਂ ਇਹ ਚੱਲਦਾ ਰਿਹਾ ਤਾਂ ਸਾਨੂੰ ਮਜ਼ਬੂਰਨ ਉੱਠਣਾ ਪੈਣਾ ਜੀ, ਸਾਰਿਆਂ ਨੂੰ ਇਕੱਠੇ ਹੋ ਕੇ ਜੀ। ਬਹੁਤ ਸਾਰੇ ਟਰਾਂਸਪੋਰਟਰਾਂ ਦੇ ਮੈਨੂੰ ਜਿਹੜੀ ਪਹਿਲੂ ਵਾਲੀ ਵੀਡੀਓ 'ਤੇ ਬਹੁਤ ਦੇ ਜਿਹੜੇ ਖੱਜਲ ਖੁਆਰ ਹੋਏ ਨੇ, ਮੈਸੇਜ ਬਹੁਤ ਆਏ ਆ ਵੀ ਆਪਾਂ ਇਕੱਠੇ ਹੋ ਕੇ ਇਹ ਲੜਾਈ ਲੜੀਏ ਸਾਰੇ ਜਾਣੇ। ਬਹੁਤ ਜ਼ਿਆਦਾ ਟਰਾਂਸਪੋਰਟ ਪ੍ਰਾਈਵੇਟ ਪੀੜਤ ਨੇ, ਪ੍ਰਾਈਵੇਟ ਗੱਡੀ ਤੋਂ ਇੱਕ ਤੋਂ 200-200 ਰੁਪਇਆ ਡੇਲੀ ਇਕੱਠਾ ਕਰਕੇ ਨੂੰ ਜਾਂਦਾ ਜੀ। ਕਿੰਨੀ ਲਗਭਗ ਗੱਡੀਆਂ ਨੇ, ਕਿੰਨਾ ਕੁ ਇਹਨਾਂ ਨੂੰ ਜਿਹੜਾ ਘੱਟੋ ਘੱਟ 100-150 ਦੇ ਗਰੀਬ ਦਾ ਬਰਨਾਲੇ ਦੀ ਗੱਡੀ ਆਪਣੀ ਜਿਹੜੇ ਬੱਸ ਅੱਡੇ ਦੇ ਵਿੱਚ ਹੋਏ ਰਿਕਵਰੀ ਕਰਕੇ ਇਹਨਾਂ ਦੇ ਬੰਦੇ ਦੇ ਰਹੇ ਨੇ, ਜੀਐਮ ਨੂੰ ਭੇਜ ਰਹੇ ਨੇ, ਉਹਨਾਂ ਦੇ ਖਜ਼ਾਨੇ ਭਰ ਰਹੇ ਨੇ। ਹਾਂਜੀ ਹਾਂਜੀ, ਮੋਟੀਆਂ ਰਿਸ਼ਵਤ ਸਿੱਧੀਆਂ ਲੈ ਰਹੀਆਂ ਨੇ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ ਹੈਗਾ ਜੀ। ਕੋਈ ਵੱਡੇ ਅਫਸਰ ਨੂੰ ਤੁਸੀਂ ਮਿਲੇ? ਮੈਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਜੀ, ਅਜੇ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਵਿਜੀਲੈਂਸ ਵੱਲੋਂ? ਹਾਂਜੀ ਹਾਂਜੀ, ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਵੀ ਇਹ ਰਿਸ਼ਵਤ ਮੰਗ ਰਹੇ ਆ ਸਾਥੋਂ। ਉਹ ਸਾਡੇ ਡਰਾਈਵਰ ਨੇ ਇੱਕ ਨੇ ਰੌਲਾ ਪਾਤਾ ਵੀ ਅਸੀਂ ਫੜਾਵਾਂਗੇ ਤੁਹਾਨੂੰ, ਉਹ ਤੋਂ ਬਾਅਦ ਫਿਰ ਲੈਣ ਤੋਂ ਇਨਕਾਰੀ ਕਰਕੇ ਇਹਨਾਂ ਨੇ ਲੈਤੇ ਨਹੀਂ। ਜੇ ਆਪਾਂ ਇਹਨੂੰ ਤਿਆਰ ਵੀ ਹੋ ਗਏ ਸੀ ਜੀ, ਪਰ ਉਹ ਜਦੋਂ ਰੌਲਾ ਪਾਤਾ ਉਹਨੇ ਕਹਿੰਦਾ ਅਸੀਂ ਫੜਾਵਾਂਗੇ, ਫਿਰ ਉਹ ਡਰ ਗਏ ਉਹਨਾਂ ਨੇ ਪੇਮੈਂਟ ਫੜਨ ਤੋਂ, ਕਤਾਹੀ ਕਰਕੇ। ਜੇ ਆਪਾਂ ਰਿਸ਼ਵਤ ਦੀ ਗੱਲ ਕਰੀਏ, ਤੁਹਾਡੇ ਕੋਲ ਤੁਸੀਂ ਐਜ ਪ੍ਰੂਫ ਗੱਲ ਕਰ ਰਹੇ ਹੋ, ਕੋਈ ਤੱਥਾਂ ਦਾ? ਮੇਰੇ ਕੋਲ ਵੀਡੀਓ ਹੈਗੀ ਆ ਜੀ, ਇਹਨਾਂ ਦਾ ਜਿਹੜਾ ਬੰਦਾ ਰਿਕਵਰੀ ਕਰ ਕਰਕੇ ਦੇ ਰਿਹਾ ਪੈਸੇ ਬੱਸ ਅੱਡੇ 'ਚੋਂ ਇਕੱਠੇ ਕਰਕੇ ਪ੍ਰਾਈਵੇਟ ਬੱਸਾਂ ਤੋਂ, ਮੇਰੇ ਕੋਲ ਵੀਡੀਓ ਹੈਗੀ ਹੈ। ਅਤੇ ਜਿਹੜੇ ਹੋਰ ਟਰਾਂਸਪੋਰਟਰ ਨੇ, ਜਿਹੜੇ ਵੱਡੇ ਵਪਾਰੀ ਨੇ, ਟਰਾਂਸਪੋਰਟਰ ਨੇ, ਉਹਨਾਂ ਦੀਆਂ ਬੱਸਾਂ ਚੱਲ ਰਹੀਆਂ ਨੇ, ਰੋਡਾਂ 'ਤੇ ਚੱਲ ਰਹੀਆਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਜ਼ੋਰ ਦੇ ਤਾਂ ਆਧਾਰ 'ਤੇ ਚੱਲੀ ਜਾਂਦੀਆਂ ਜੀ, ਉਹਨਾਂ ਦਾ ਜ਼ੋਰ ਹੈ ਅਤੇ ਮਹੀਨਾ ਵੀ ਜਾ ਰਿਹਾ, ਕਲੀਅਰ ਹੀ ਜਾ ਰਿਹਾ ਇਹਨਾਂ ਨੂੰ। PRTC ਨੂੰ ਮਹੀਨਾ ਜਾਂਦਾ ਤਾਂ ਜੀ ਨਹੀਂ ਇਹਨਾਂ ਨੂੰ ਬੁਲਾਉਂਦੇ, ਮਹੀਨਾ ਜਾਂਦਾ ਸੀ? ਹਾਂਜੀ ਹਾਂ, ਬਿਲਕੁਲ ਬਿਲਕੁਲ। ਅਤੇ ਜਿਹੜੇ ਤੁਸੀਂ ਟਰਾਂਸਪੋਰਟਰ ਹੋ, ਜਿਹੜੇ ਛੋਟੇ ਟਰਾਂਸਪੋਰਟਰਾਂ ਨੂੰ ਹਮੇਸ਼ਾ ਹੀ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ, ਇਹਨਾਂ ਨੂੰ ਉੱਠਣ ਨਹੀਂ ਦਿੱਤਾ ਜਾਂਦਾ ਵੀ ਇਹ ਕਾਮਯਾਬ ਨਾ ਹੋ ਜਾਣ, ਹਰ ਪਾਸੋਂ ਸਰਕਾਰ ਵੱਲੋਂ ਵੀ ਗੱਲ ਘੁੱਟਿਆ ਜਾਂਦਾ ਜੀ, ਅਤੇ ਵਿਭਾਗ ਵੱਲੋਂ, ਟਰਾਂਸਪੋਰਟ ਵਿਭਾਗ ਵੱਲੋਂ ਵੀ ਘੁੱਟਿਆ ਜਾਂਦਾ, ਕੋਈ ਸੁਣਵਾਈ ਨਹੀਂ ਹੁੰਦੀ ਜੀ। ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਵੱਡੇ ਗਵਰਨਰ ਦੀ, ਫਿਰ ਤੁਹਾਨੂੰ ਧਮਕੀਆਂ ਵੀ ਆਉਂਦੀਆਂ ਹੋਣਗੀਆਂ? ਨਹੀਂ, ਹਜੇ ਤੱਕ ਰਾਬਤਾ ਤਾਂ ਕਾਇਮ ਕਰ ਰਹੇ ਆ ਬੰਦੇ, ਵੀ ਤੁਹਾਡਾ ਰਾਜੀ ਬੰਦਾ ਕਰਾ ਦਈਏ, ਕੋਈ ਕਾਫੀ ਬੰਦਿਆਂ ਦੇ ਫੋਨ ਆਇਆ ਮੈਨੂੰ, ਤੁਹਾਨੂੰ ਤਾਂ ਫਿਰ ਕਰ ਲੈਣਾ ਚਾਹੀਦਾ ਕਰ, ਜਦੋਂ ਮੇਰਾ ਕੋਈ ਮੈਨੂੰ ਇਨਸਾਫ ਹੀ ਨਹੀਂ ਮਿਲ ਰਿਹਾ, ਮੈਂ ਕਰੂੰ ਗੱਡੀ ਤਾਂ ਮੇਰੀ ਬੰਦ ਖੜੀ ਆ ਜੀ, ਬੰਦ ਖੜੀ ਹੈ। ਹਾਂਜੀ, ਇੱਕ ਪਾਸੇ ਤਾਂ ਮੈਨੂੰ ਕਹਿੰਦਾ ਤੈਨੂੰ ਐਡਜਸਟਮੈਂਟ ਦੇ ਦਿੰਦੇ ਆ ਜਾ ਬਹਿ ਕੇ ਦੇ ਦਿੰਦੇ ਆ, ਦੂਜੇ ਪਾਸੇ ਗੱਡੀ ਬੰਦ ਕਰਾਈ ਜਾਂਦੇ, ਖਾਲੀ ਕਰਾਈ ਜਾਂਦੇ, ਜਾਣ ਨਹੀਂ ਦਿੱਤਾ ਜਾਂਦਾ, ਨਾਲੇ ਮੇਰਾ ਉਹ ਟਾਈਮ ਵੈਲਿਡ ਆ ਜਿਹੜੇ 'ਚ ਖਾਲੀ ਕਰਾ ਰਹੇ ਨੇ, 12:07 ਦਾ ਮੇਰਾ ਬਰਨਾਲੇ ਨਿਕਲਣ ਦਾ ਟਾਈਮ ਹੈ, ਉਹਦੇ 'ਚ ਖਾਲੀ ਕਰਾਉਂਦੇ। ਇੱਕ ਟਾਈਮ ਤੋਂ ਤੁਹਾਡੀ ਤੂਤੀ ਬੋਲਦੀ ਸੀਗੀ ਅਤੇ ਅੱਜ ਤੁਸੀਂ ਫੈਲਾ ਚੱਕੀ ਫਿਰਦੇ ਹੋ, ਅਫਸਰਾਂ ਦਰਵਾਜ਼ੇ ਖੜਕਾ ਰਹੇ ਹੋ। ਇਸ ਜਿਹੜਾ ਟਰਾਂਸਪੋਰਟ ਵਿਭਾਗ ਦੀ ਕਤਾਹੀ ਦੇ ਕਾਰਨ ਹੀ ਹੋਇਆ ਸਾਰਾ ਕੁਛ, ਇਹਨਾਂ ਦੀ ਨਲਾਇਕੀ ਦੇ ਕਾਰਨ ਹੋਇਆ, ਇਹਨਾਂ ਨੇ ਅੱਜ ਤੱਕ ਗਲਤ ਕੰਮ ਕਰਕੇ ਟਰਾਂਸਪੋਰਟ ਨੇ ਜਿਹੜਾ ਮਿੰਨੀ ਬੱਸ ਨੂੰ ਤਾਂ ਜਮੀ ਖੂੰਜੇ ਲਾਤਾ, ਗਲਤ ਅਤੇ ਢੰਗ ਨਾਲ ਲੋਕਾਂ ਨੂੰ ਪਰਮਿਟ ਪਹਿਲਾਂ ਜਾਰੀ ਕਰੀ ਗਏ, ਮੁੜ ਕੇ ਹਾਈ ਕੋਰਟ ਨੇ ਰੱਦ ਕਰਤੇ, ਉਦੋਂ ਉਹ ਵੀ ਖੱਜਲ ਖੁਆਰੀ ਹੁੰਦੀ ਫਿਰਦੀ ਆ, ਵਿੱਚ ਕਰੀ ਜਾਂਦੇ ਵਿੱਚ ਨਹੀਂ ਕਰੀ ਜਾਂਦੇ। ਹੁਣ ਤੁਸੀਂ ਉਸ ਮਾੜੇ ਸਮੇਂ ਤੋਂ ਤੁਸੀਂ ਉੱਭਰ ਕੇ ਮਿੰਨੀ ਬੱਸ ਪਾਈ ਹੈ। ਮੈਂ ਦੁਬਾਰਾ ਫਿਰ ਨਵੇਂ ਇਹਨਾਂ ਨੇ ਇਸ਼ੂ ਕੀਤੇ ਸੀ ਪਰਮਿਟ, ਠੀਕ ਆ, ਉਹ ਨਵੇਂ ਪਰਮਿਟ ਇਸ਼ੂ ਕਰਨ 'ਤੇ ਨਵੇਂ ਪਰਮਿਟ ਲੈ ਕੇ ਅਸੀਂ ਦੁਬਾਰੇ ਰੁਜ਼ਗਾਰ ਤੋਰਿਆ ਸੀ ਆਪਦਾ, ਇਹ ਹੁਣ ਚੱਲਣ ਹੀ ਨਹੀਂ ਦੇ ਰਹੇ। ਜਿਹੜਾ ਤੁਸੀਂ ਨਵਾਂ ਵਪਾਰ ਤੋਰਿਆ, ਫਿਰ ਤਾਂ ਬੜੇ ਮਾਲੀ ਹਾਲਤ ਕਮਜ਼ੋਰ ਹੋਵੋਗੇ। ਮਾਲੀ ਹਾਲਤ 6 ਮਹੀਨਿਆਂ ਤੋਂ ਗੱਡੀ ਹੁਣ ਪੱਲਿਓ ਪੈਸੇ ਪਾ ਰਹੀ ਆ, ਜਦੋਂ ਟਾਈਮ ਹੀ ਮਿਸ ਹੋ ਜਾਂਦਾ, ਰੋਜ਼ ਹੀ ਜਾਣ ਹੀ ਨਹੀਂ ਦਿੰਦੇ ਉਹ, ਮਾਲੀ ਹਾਲਤ ਤਾਂ ਖਰਾਬ ਹੋਣੀ ਆ, ਟੈਕਸ ਵੀ ਟੁੱਟਣਗੇ ਜੀ, ਕਿਸ਼ਤਾਂ ਵੀ ਟੁੱਟਣਗੀਆਂ, ਜਾਂ ਡਰਾਈਵਰ ਕੰਡਕਟਰ ਨੂੰ ਵੀ ਪੱਲਿਓ ਦੇਣੇ ਪੈਣਗੇ, ਜਦੋਂ ਕੋਈ ਚੜ੍ਹਨ ਹੀ ਨਹੀਂ ਦਿੰਦੇ, ਸਵਾਰੀ ਚੜ੍ਹਨ ਨਹੀਂ ਦਿੰਦੇ। ਇੱਕ ਤਾਂ ਆਧਾਰ ਕਾਰਡ ਨੇ ਫੇਲ ਕਰਤਾ ਟਰਾਂਸਪੋਰਟ ਦਾ ਸਿਸਟਮ, ਜਿਹੜਾ ਫਰੀ ਵਾਲਾ ਕਰਤਾ ਸਰਕਾਰ ਨੇ ਜੀ, ਸਵਾਰੀ ਪਹਿਲੇ ਹੀ ਨਹੀਂ ਚੜ੍ਹਦੀ, ਦੂਜਾ ਇਹ ਖਤਲ ਖੁਆਰ ਕਰ ਰਹੇ ਨੇ। ਨਹੀਂ, ਜਿਹੜਾ ਤੁਸੀਂ ਫਰੀ ਵਾਲੀ ਗੱਲ ਕਰਦੇ ਹੋ, ਫਿਰ ਇਹ ਸਰਕਾਰ ਖਜ਼ਾਨਾ ਕਿਸ ਤਰ੍ਹਾਂ ਭਰਦੀ ਆ ਇਹ? ਇਹ ਸਰਕਾਰ ਜਾਂਦਾ ਪ੍ਰਾਈਵੇਟਾਂ ਨੂੰ ਵੀ ਦੇਵੇ, ਇਹ ਜਿਵੇਂ ਹੁਣ ਸਰਕਾਰ ਨੂੰ ਪੈਸੇ ਦੇ ਰਹੀ ਆ, ਸਰਕਾਰੀ ਆਧਾਰ ਕਾਰਡ ਵਾਲੀ ਜਿਹੜੀ ਸਵਾਰੀ ਉਹਨਾਂ ਨਾਲ ਕਰਦੀ ਆ, PRTC ਨੂੰ ਜਾਂ ਰੋਡਵੇਜ਼ ਨੂੰ ਪੈਸੇ ਦੇ ਰਹੀ ਆ ਸਰਕਾਰ, ਜਾਂ ਤਾਂ ਇਹ ਪ੍ਰਾਈਵੇਟਾਂ 'ਤੇ ਵੀ ਲਾਗੂ ਕੀਤਾ ਜਾਵੇ, ਵੀ ਤੁਸੀਂ ਆਧਾਰ ਕਾਰਡ 'ਤੇ ਤੁਹਾਡੇ 'ਤੇ ਲਾਗੂ ਕਰਦੇ ਆ,
ਜਿੰਨੀਆਂ ਸਵਾਰੀਆਂ ਚੜ੍ਹਨਗੀਆਂ ਉਹਦੇ ਮੁਤਾਬਕ ਤੁਹਾਨੂੰ ਪੇਮੈਂਟ ਦਿੱਤੀ ਜਾਊ, ਟਰਾਂਸਪੋਰਟ ਬਚ ਸਕਦੀ ਹੈ। ਫਿਰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਪ੍ਰਾਈਵੇਟ ਅਧਾਰੇ ਨੇ ਟਰਾਂਸਪੋਰਟਰ ਨੇ ਉਹਨਾਂ ਨੂੰ ਡੋਬਣ ਦੇ ਵਿੱਚ, ਉਹਨਾਂ ਨੂੰ ਖਤਮ ਕਰਨ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਵੱਡਾ ਅਹਿਮ ਰੋਲ ਹੈ? ਵੱਡਾ ਅਹਿਮ ਰੋਲ ਹੈ ਜੀ, ਕੋਈ ਸ਼ੱਕ ਨਹੀਂ ਇਹਦੇ 'ਚ ਜੀ। ਖਤਮ ਕਰਨ ਲੱਗੀ ਹੋਈ ਆ ਪੰਜਾਬ ਸਰਕਾਰ ਦਾ, ਵੀ ਪ੍ਰਾਈਵੇਟ ਦਾ ਖਤਮ ਹੀ ਹੋ ਜਾਣਾ। ਜਿਹੜੇ ਟੈਕਸ ਦੇ ਰਹੇ ਨੇ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਟੋਲ ਪਲਾਜ਼ੇ ਚੱਲ ਰਹੇ ਨੇ, ਰੋਡ ਟੈਕਸ ਪਹਿਲਾਂ ਦੇ ਰਹੇ ਨੇ ਫਿਰ ਟੋਲ ਪਲਾਜ਼ਾ ਦੇ ਰਹੇ ਨੇ, ਡਬਲ ਡਬਲ ਸਰਕਾਰ ਨੇ ਤਾਂ ਮਾਰਨ ਦੀ ਨੀਤੀ ਵੀ ਰੱਖੀ ਹੋਈ ਹੈ ਨਾ ਜੀ। SRT ਹੁੰਦਾ ਜੀ ਪਹਿਲਾਂ ਜੀ, ਰੋਡ ਟੈਕਸ ਜਿਹਨੂੰ ਕਹਿੰਦੇ ਆਪਾਂ, ਉਹ ਭਰਦੀ ਸੀ ਪ੍ਰਾਈਵੇਟ ਟਰਾਂਸਪੋਰਟ, ਠੀਕ ਹੈ। ਉਦੋਂ ਬਾਅਦ ਇਹਨਾਂ ਨੇ ਟੋਲ ਪਲਾਜ਼ੇ ਲਾਤੇ ਜੀ, ਟੋਲ ਪਲਾਜ਼ੇ ਦਾ ਡਬਲ ਹੋ ਗਿਆ। ਜਦੋਂ ਆਪਾਂ SRT ਦੇ ਰਹੇ ਹਾਂ ਤਾਂ ਟੋਲ ਪਲਾਜ਼ੇ ਦਾ ਤਾਂ ਕੰਮ ਹੀ ਨਹੀਂ ਕੋਈ, ਬਿਲਕੁਲ ਜੀ। ਉਹ ਤਾਂ ਮੁੱਲ ਲੈ ਕੇ ਰੋਡ ਜਾ ਰਹੇ ਹਾਂ ਅਸੀਂ, ਜਿਹੜੇ ਤਾਂ ਜਾ ਰਹੇ ਹਾਂ ਜੀ। ਸਰਕਾਰ ਵੱਲੋਂ ਟੈਕਸ ਲਏ ਜਾ ਰਹੇ ਨੇ, ਰੋਡ ਟੈਕਸ ਲਏ ਜਾ ਰਹੇ ਨੇ, ਜਦੋਂ ਆਪਾਂ ਗੱਡੀ ਨਵੀਂ ਸ਼ੋਰੂਮ 'ਚ ਕਢਾਉਂਦੇ ਹਾਂ ਉਦੋਂ ਟੈਕਸ ਲਏ ਜਾ ਰਹੇ ਨੇ। 15 ਸਾਲ ਦਾ ਪਹਿਲਾਂ ਟੈਕਸ ਲਿਆ ਰਿਹਾ ਜਾਂਦਾ ਸਰਕਾਰ ਤੋਂ ਜੀ, ਜਦੋਂ ਆਪਾਂ ਗੱਡੀ ਕਢਾਉਂਦੇ ਹਾਂ ਫਿਰ ਟੋਲ ਪਲਾਜ਼ੇ 'ਤੇ ਤੁਹਾਨੂੰ ਰੋਡ ਮੁੱਲ ਲੈ ਕੇ ਨਿਕਲਣਾ ਜਾਂਦਾ ਜੀ। ਹਾਂਜੀ, ਉਹ ਗੁਮਰਾਹ ਕਰਕੇ ਲੋਕਾਂ ਨੂੰ ਠੱਗਣ ਦੀ ਲੱਗੀ ਹੋਈ ਹੈ ਸਰਕਾਰ ਜੀ, ਵੱਡੀ ਠੱਗੀ ਆ, ਬਹੁਤ ਵੱਡਾ ਗਾਵਣ ਹੈ। ਸਰਕਾਰ ਤਾਂ ਕਹਿੰਦੇ ਸੀ ਇਮਾਨਦਾਰ, ਇਮਾਨਦਾਰ ਕਿਹੜੇ ਪਾਸੋਂ ਹੋ ਗਈ? ਸਰਕਾਰ ਨੇ ਇਸ ਗੱਲ 'ਤੇ ਟਰਾਂਸਪੋਰਟ 'ਤੇ ਤਾਂ ਕੋਈ ਇਹਨੇ ਚਿੰਤਾ ਜ਼ਾਹਰ ਹੀ ਨਹੀਂ ਕਰੀ ਅਜੇ ਤੱਕ, ਇਹਨਾਂ ਨੂੰ ਤਾਂ ਦੱਬਣ ਦੀ ਲੱਗੀ ਹੋਈ ਹੈ ਸਰਕਾਰ ਬਿਲਕੁਲ ਜੀ। ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਇਹੋ ਜਿਹੇ ਕਰਪਟ ਅਫਸਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ, ਜਿਹੜੇ ਇਹਨਾਂ ਗੁੰਡੇ ਅਨਸਰ ਨੇ ਉਹਨਾਂ ਦੇ ਖਿਲਾਫ਼ ਕਹਿ ਰਹੇ ਹੋ। ਕੱਲ੍ਹ ਤੁਹਾਡੇ 'ਤੇ ਕੋਈ ਮਾਨਹਾਨੀ ਦਾ ਪਰਚਾ ਵੀ ਹੋ ਸਕਦਾ ਹੈ? ਆਪਾਂ ਸੱਚ ਕਹਿ ਰਹੇ ਹਾਂ ਬਿਲਕੁਲ ਜੀ ਜੀ। ਹਾਂਜੀ, ਤੁਸੀਂ ਬਿਲਕੁਲ, ਮੈਂ ਬਠਿੰਡਾ RTA ਦੇ ਖਿਲਾਫ਼ ਮਾਨਯੋਗ ਹਾਈਕੋਰਟ 'ਚ ਚਲਾ ਗਿਆ ਜੀ, ਉੱਧਰੋਂ GM PRTC ਬਰਨਾਲਾ ਦੇ ਖਿਲਾਫ਼ ਹਾਈਕੋਰਟ 'ਚ ਇੱਕ ਅਪੀਲ ਪਾਈ ਆ, ਹੁਣ ਦੇਖਿਆ ਸੁਣਦੀ ਹੈ ਹਾਈਕੋਰਟ ਜੀ। ਹਾਂਜੀ, ਇਹ ਨੇ ਸਰਦਾਰ ਕੁਲਵਿੰਦਰ ਸਿੰਘ ਦੱਸੀ, ਉਹਨਾਂ ਨੇ ਆਪਣੀ ਹੱਡ ਬੀਤੀ ਕਿਸ ਤਰ੍ਹਾਂ ਇਹਨਾਂ 'ਤੇ ਵਾਪਰ ਰਹੀ ਆ, ਕਿਸ ਤਰ੍ਹਾਂ ਪਹਿਲਾਂ ਟਰਾਂਸਪੋਰਟਰ ਹੁੰਦੇ ਸੀ ਮਿੰਨੀ ਬੱਸਾਂ, ਹਾਈਕੋਰਟਾਂ ਵੱਲੋਂ ਪਰਮਿਟ ਰੱਦ ਕਰਕੇ ਹੁਣ ਨਵੀਂ ਜ਼ਿੰਦਗੀ ਬਸਰ ਕਰਨ ਲੱਗੇ ਸੀਗੇ, ਅਤੇ ਨਵਾਂ ਹੀ ਦਾਲ ਰੋਟੀ ਦਾ ਇਹਨਾਂ ਨੇ ਪ੍ਰਬੰਧ ਕੀਤਾ ਸੀ। ਫਿਰ ਸਰਕਾਰ ਦੇ ਉਹੀ ਗੁੰਡਾ ਟੈਕਸ, ਗੁੰਡਾਗਰਦੀ, ਲੁਟੇਰਿਆਂ ਵੱਲੋਂ ਸਰਕਾਰਾਂ ਦਾ ਜਿਹੜੇ ਸਰਕਾਰੀ ਅਫਸਰ ਨੇ ਇਹਨਾਂ ਦੀ ਲੁੱਟ ਖੋਹ ਕੀਤੀ ਜਾ ਰਹੀ ਹੈ, ਪਰ ਕਿੰਨਾ ਕੁ ਚਿਰ ਇਹ ਚੱਲਦਾ ਰਹੂਗਾ? ਭਗਵੰਤ ਮਾਨ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ, ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਛੋਟੇ ਟਰਾਂਸਪੋਰਟਰ ਨੇ, ਛੋਟੇ ਵਪਾਰੀ ਨੇ, ਛੋਟੇ ਚਾਹੇ ਮਿੰਨੀ ਬੱਸਾਂ ਵਾਲੇ ਨੇ, ਚਾਹੇ ਜਿਹੜੇ ਆਪਣੇ ਲੋਡ ਬਾਡੀ ਵਾਲੇ ਨੇ, ਉਹਨਾਂ ਦਾ ਵੱਲ ਧਿਆਨ ਦਿੱਤਾ ਜਾਵੇ, ਜਿਹੜਾ ਛੋਟਾ ਵਪਾਰੀ ਹੈ ਆਪਣੀ ਜ਼ਿੰਦਗੀ ਖੁਸ਼ਹਾਲ ਬਤੀਤ ਕਰ ਸਕੇ। ਤੁਹਾਡਾ ਧੰਨਵਾਦ ਜੀ। ਅਮਨਦੀਪ ਸਿੰਘ ਰਥੌੜ, ਸਤਿ ਸ਼੍ਰੀ ਅਕਾਲ।